ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਨਯੋਗ SSP ਸ਼੍ਰੀ ਸੁਰਿੰਦਰ ਲਾਂਬਾ ਜੀ ਵੱਲੋਂ ਜ਼ਿਲ੍ਹੇ ਨੂੰ ਕ੍ਰਾਈਮ ਫ੍ਰੀ ਬਣਾਉਣ ਲਈ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੇ ਤਹਿਤ SP ਇਨਵੈਸਟੀਗੇਸ਼ਨ ਸਾਹ ਸਰਬਜੀਤ ਸਿੰਘ ਬਾਹੀਆ, DSP ਸਾਹ ਕੁਲਵੰਤ ਸਿੰਘ ਜੀ, SB ਟਾਂਡਾ ਦੀ ਨਿਗਰਾਨੀ ਹੈ। ਟਾਂਡਾ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ ਕਿ ਪਿਛਲੇ ਸਾਲ ਜਿਹੜਾ 9ਵੇਂ ਮਹੀਨੇ 23 ਤਰੀਕ ਨੂੰ ਸ਼ਾਮ ਨੂੰ 10:30 ਵਜੇ ਇੱਕ ਦਿੱਲੀ ਤੋਂ ਫੈਮਿਲੀ ਆ ਰਹੀ ਸੀਗੀ, ਜਿਹੜੇ ਮੁਣਕਾ ਲਾ ਕੇ ਉਹ ਗੱਡੀ ਸਾਈਡ 'ਤੇ ਰੋਕ ਕੇ ਆਪਣਾ ਪਾਣੀ ਵਗੈਰਾ ਪੀਣ ਲੱਗੇ ਅਤੇ ਇੱਕ ਪਿੱਛੋਂ ਸਵਿਫਟ ਗੱਡੀ ਆਈ ਸੈਲੋ ਰੰਗ ਦੀ, ਜਿਹਦੇ 6-7 ਨੌਜਵਾਨ ਸੀਗੇ। ਉਹਨਾਂ ਨੇ ਉਸ ਗੱਡੀ ਸਵਾਰਾਂ ਨੂੰ ਵੈਪਨ ਦੀ ਨੋਕ 'ਤੇ ਉਹਨਾਂ ਦੀ ਗੱਡੀ ਜਿਹੜੀ ਹੈ ਸਿਆਜ ਸੀਗੀ, ਜਿਹੜੀ ਡਾਰਕ ਗ੍ਰੇ ਕਲਰ ਦੀ, ਉਸ ਗੱਡੀ ਨੂੰ ਇਹ ਸਨੈਚ ਕਰਕੇ ਲੈ ਗਏ ਸੀਗੇ। ਇਸ ਮੁਕੱਦਮੇ 'ਚ ਪਹਿਲਾਂ ਵੀ ਟਾਂਡਾ ਪੁਲਿਸ ਵੱਲੋਂ 6 ਦੋਸ਼ੀ ਗ੍ਰਿਫਤਾਰ ਕੀਤੇ ਗਏ ਸੀ। ਅੱਜ ਇੱਕ ਹੋਰ ਦੋਸ਼ੀ ਜਿਹੜਾ ਹੈ ਸੁਰਿੰਦਰ ਸਿੰਘ ਏਲੀਅਸ ਮਣੀ, ਪੁੱਤਰ ਨਿਰਮਲ ਸਿੰਘ, ਵਾਸੀ ਪਿੰਡ ਬਣੀ ਕੇ ਥਾਣਾ ਲੋਕੋ ਕੇ ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ। ਇਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਹੋਰ ਰਿਮਾਂਡ ਹਾਸਲ ਕਰਕੇ ਅਗਲੀ ਇਨਵੈਸਟੀਗੇਸ਼ਨ ਕੰਪਲੀਟ ਕੀਤੀ ਜਾਊਗੀ। ਇਸ ਤਰ੍ਹਾਂ ਦੇ ਜਿਹੜੇ ਅਪਰਾਧ ਕਰਨ ਵਾਲੇ ਦੋਸ਼ੀ ਹੈ ਇਹਨਾਂ ਦੇ ਖਿਲਾਫ ਹੁਸ਼ਿਆਰਪੁਰ ਪੁਲਿਸ ਵੱਲੋਂ ਬਹੁਤ ਸਖਤੀ ਨਾਲ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਸਾਡਾ ਸਮਾਜ ਜਿਹੜਾ ਕ੍ਰਾਈਮ ਫਰੀ ਬੜੇ ਅਮਨ ਮਾਨ ਨਾਲ ਸਾਰਾ ਰਹਿ ਸਕਣ। ਥੈਂਕ ਯੂ।